ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਬਾਬਾ ਜੀ? ਠੀਕ ਠਾਕ ਹੋ? ਅੱਲਾ ਦੀ ਰਹਿਮ ਤੇ। ਕੀ ਨਾਮ ਹੈ ਆਪਣਾ? ਮੁਖਤਾਰ ਸੇਠ। ਮੁਖਤਾਰ ਸੇਠ, ਹਾਂ। ਮਾਸ਼ਾਅੱਲਾ, ਕਿਹੜੀ ਜ਼ਾਤ ਹੈ ਆਪਣੀ? ਕਮਿਆਰ। ਕਮਿਆਰ, ਅੱਜ ਤੁਹਾਡੇ ਕੋਲ ਅਸੀਂ ਸੰਤਾਲੀ ਵੇਲੇ ਦੀਆਂ ਗੱਲਾਂ ਪੁੱਛਣੀਆਂ। ਤੁਹਾਨੂੰ ਯਾਦ ਹੈ ਸਾਰਾ ਕੁਛ? ਭੁੱਲ ਗਿਆ ਪੁੱਤ ਮੈਨੂੰ। ਹਾਂਜੀ, ਭੁੱਲ ਗਿਆ ਦੋ ਤਿੰਨ ਬੰਦੇ ਯਾਦ ਨੇ, ਬਾਕੀ ਥੋੜੀਆਂ ਬਹੁਤ ਗੱਲਾਂ ਯਾਦ ਨੇ ਨਾ? ਕੋਈ ਨੀ ਯਾਦ ਹੈ, ਹੋਰ ਤੇ ਉਮਰੀ ਵੀ 100 ਸਾਲ ਨੂੰ ਅਪੜ ਗਈ ਹੈ ਮੇਰੀ ਤੇ ਹੁਣ ਵੀ ਕੋਈ। ਚਲੋ ਅਸੀਂ ਅੱਜ ਯਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ। ਯਾਦ ਕਰਾਂਗੇ, ਠੀਕ ਹੈ। ਰਾਤ ਸੁੱਤਾ ਪਿਆ ਯਾਦ ਕਰੂੰ ਮੈਂ, ਸੁੱਤੇ ਪਏ ਯਾਦ ਆਉਂਦੀਆਂ। ਹਾਂ ਚਲੋ ਅੱਜ ਸਾਡੇ ਨਾਲ ਵੀ ਯਾਦ ਕਰੋ ਨਾ। ਚਲੋ ਇਹ ਦੱਸੋ ਕਿੰਨੀ ਉਮਰ ਸੀ ਜਦੋਂ ਜਾੜੇ ਪਏ ਨੇ? ਮੈਨੂੰ 23-24 ਸਾਲ ਸੀ। 23-24 ਸਾਲ? ਆਹੋ, ਤੁਹਾਡੀ ਉਮਰ ਸੀ। ਹਾਂ ਤੁਸੀਂ ਪੜ੍ਹਦੇ ਸੀ, ਕੀ ਕਰਦੇ ਸੀ ਉਦੋਂ? ਕੋਈ ਵੀ ਨਹੀਂ ਪੜ੍ਹਦੇ। ਹਾਂ ਮੈਂ ਨਹੀਂ ਪੜ੍ਹਿਆ ਮਿੰਟ ਵੀ। ਕੀ ਕਰਦੇ ਸੀ? ਵਪਾਰ, ਸਿੱਖੜੀਆਂ ਨੂੰ। ਹਾਂਜੀ, ਚੌਲ ਲਿਆ ਕੇ ਸਿੱਖੜੀਆਂ ਨੂੰ ਦਿੰਦਾ। ਸਿੱਖੜੀਆਂ ਨੂੰ? ਹਾਂ, ਤੇ ਵਾਢੀ ਕਰਦਾ ਸਾ। ਤੇ ਸਿੱਖਾਂ ਨੂੰ ਚੌਲ ਨਹੀਂ ਦਿੰਦੇ? ਸਿੱਖੜੀਆਂ ਨੂੰ ਮੈਂ ਦਾ ਨਹੀਂ ਪਿਆਰ, ਮੇਰਾ ਬੰਦੇ ਬੀਬੀਆਂ ਦਾ ਪਿਆਰ ਆ। ਕੀ ਮਤਲਬ ਬੰਦਿਆਂ ਨਾਲ ਪਿਆਰ ਨਹੀਂ ਸੀ? ਨਹੀਂ, ਮੇਰਾ ਪਿਆਰ ਇੱਕ ਬੰਦਾ ਸੀ, ਉਹਦੇ ਨਾਲ ਪਿਆਰ ਸੀ। ਕਿਹੜਾ ਬੰਦਾ ਸੀ ਉਹਦਾ ਨਾਮ? ਕੇਰ ਸੀ ਉਹ। ਹਾਂਜੀ, ਕੇਰ ਸੀ ਉਹ, ਸਿੱਖ। ਸਾਡੇ ਪਿੰਡ ਨਾ 3-4 ਘਮਿਆਰਾਂ ਦੇ ਘਰ ਸੀ, ਤੇ ਬਾਕੀ ਪਖੀਰਾ ਸੀ ਤੇ ਮੁਸਲਮਾਨ ਕੋਈ ਨੀ। ਆਪਣੇ ਪਿੰਡ ਦਾ ਨਾਂ ਦੱਸੋ। ਨਠਵਾਲ, ਨਠਵਾਲ, ਬਾਸਰਪੁਰਾ ਨਠਵਾਲ। ਬਾਸਰਪੁਰਾ ਨਠਵਾਲ, ਹਾਂ, ਜਿਵੇਂ ਗੁਰਮੂਰਾ ਸੌ ਕਹਿੰਦੇ। ਅੱਛਾ, ਬਾਸਰਪੁਰਾ ਨਠਵਾਲ ਸੀ ਪਿੰਡ ਆਪਣਾ। ਤੁਹਾਡਾ ਪਿੰਡ? ਹਾਂ, ਨਠਵਾਲ। ਤੇ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਨਾਲ ਇਹਦਾ ਬਾਸਰਪੁਰਾ ਸੀ ਲਾਗੇ, ਔਰ ਹੋਰ ਵੀ ਕਈ ਰੰਗੀਲਪੁਰਾ ਸੀ। ਤੇ ਉਹ ਹੁਣ ਪਿੰਡ ਬਈ ਕਈ ਭੁੱਲ ਗਏ ਨੇ, ਰੰਗੀਲਪੁਰਾ ਬਾਸਰਪੁਰਾ ਕਰ ਲਿਆ। ਤੇ ਤਹਿਸੀਲ ਕਿਹੜੀ ਸੀ, ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਬਟਾਲਾ, ਜ਼ਿਲ੍ਹਾ ਉਹ ਗੁਰਦਾਸਪੁਰ। ਅੱਛਾ, ਗੁਰਦਾਸਪੁਰ। ਹਾਂ, ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦੇ ਕਿੰਨੇ ਕੁ ਘਰ ਸਨ? ਸਾਡਾ ਸਾਰੇ ਹੀ ਸਿੱਖ ਸਨ, ਸਾਰੇ ਸਿੱਖ। ਮੇਰੀ ਸੁਣ ਲਾ ਗੱਲ, 3-4 ਘਰ ਪਖੀਰਾ ਦੇ, 3-4 ਘਮਿਆਰਾਂ ਦੇ, ਹੋਰ ਬੰਦਾ ਕੋਈ ਨਹੀਂ ਸੀ, ਬਾਕੀ ਸਿੱਖ ਸਨ, ਸਭ ਸਿੱਖ ਸਨ। ਮੁਸਲਮਾਨਾਂ ਦੇ ਬਸ 2-4 ਘਰ ਸਨ। ਇੱਕ ਫੇਰ ਹੋਰ ਸਿੱਖ ਹੋਇਆ, ਉਹ ਕਿਹੜਾ ਸੀ? ਫਜ਼ਲਦੀਨ। ਉਹ ਮੁਸਲਮਾਨ ਸੀ? ਨਹੀਂ, ਉਹ ਸਿੱਖ ਸੀ। ਸਿੱਖ ਬੜਾ ਬੰਦਾ ਸੀ, 9 ਫੁੱਟ ਤੋਂ ਉੱਚਾ ਸੀ। ਅੱਲਾ ਦੀ ਕਸਮ, ਮੈਂ ਕੋਲ ਲਾਗੇ ਸਾਡੀ ਜ਼ਮੀਨ ਸੀ, ਸਾਡੇ ਲਾਗੇ ਬੱਟਾ ਦੇ ਵਿੱਚ ਰਹਿੰਦੇ ਉਹਨਾਂ ਦਾ ਉਹਦਾ ਕੰਮ ਮੈਂ ਤੈਨੂੰ ਹੁਣ ਦੱਸਣਾ ਉਹਦਾ। ਉਹ ਫਿਰ ਲਾ ਉਹਦੇ ਪੋਤਰੇ ਸੀ 2-3। ਬਾਬਾ ਸੀ ਉਹ? ਨਹੀਂ, ਉਹ ਵੱਡਾ ਮੁੰਡਾ ਸੀ ਨਾ ਉਹਦਾ, ਤੇ ਉਹਦੇ ਮੁੰਡੇ ਸੀ 2-3 ਛੋਟੇ ਛੋਟੇ। ਕੀ ਨਾਂ ਸੀ ਪੁੱਤਰ ਦਾ? ਪੁੱਤਰ ਦਾ ਲਾਲ ਭੁੱਲ ਗਿਆ, ਉਹ ਫੌਤ ਹੋ ਗਿਆ ਸੀ ਪੁੱਤਰ। ਅੱਛਾ, ਪੁੱਤਰ ਫੌਤ ਹੋ ਗਿਆ? ਫੌਤ ਪੁੱਤਰ ਹੋ ਗਿਆ, ਤੇ ਉਹਦੇ ਘਰੋਂ ਮਰ ਗਈ। ਉਹਦੇ ਘਰੋਂ ਮਰ ਗਈ ਸੀ, ਠੀਕ ਹੈ। ਉਹ ਫਿਰ ਇੱਥੋਂ ਲੰਘਣਾ ਬਾਹਰਾ ਤੋਂ ਕੱਢ ਕੇ ਮਾਈ ਮਾਲਾ ਖੜੀ ਸੀ। ਕਿੰਨੇ? ਫਜ਼ਲਦੀਨ ਨੇ। ਫਜ਼ਲਦੀਨ ਕੀ? ਫਜ਼ਲ ਸਿੱਖ ਸੀ? ਫਜ਼ਲ ਸਿੱਖ ਸੀ ਪਹਿਲਾਂ, ਮੇਰੀ ਗੱਲ ਤੇ ਹੁਣ ਸੁਖ ਦਾ ਸਿੱਖ ਸੀ। ਅੱਛਾ, ਪਹਿਲਾਂ ਸਿੱਖ ਸੀ? ਸਿੱਖ ਹੀ ਸੀ ਉਹ। ਫਿਰ ਉਹਦੇ ਘਰੋਂ ਫੌਤ ਹੋ ਗਈ। ਉਹ ਫਿਰ ਮਾਈ ਮਾਲਾ ਕੱਢ ਕੇ ਲਾਗੜਾ ਬਾਹਰਾ ਤੋਂ ਖੜੀ ਆ।
ਲੱਗਣਾ ਬੜਾ ਪਿੰਡ ਸੀ ਕੋਈ ਇੱਧਰ ਆ ਇੱਥੇ ਆ ਤੇ ਲੱਗਣ ਬਾੜ ਇੱਥੋਂ ਕੱਢ ਕੇ ਖੜੀ ਬਦਮਾਸ਼ ਸੀ ਉਹ ਬੰਦਾ ਆਹੋ ਉਹਨੇ ਖੜੀ ਲੱਗਣਾ ਬਾੜ ਉਦੋਂ ਕੱਢ ਕੇ ਫਿਰ ਉਹ ਮੁਸਲਮਾਨ ਹਾਂਜੀ ਬਟਾਲੇ ਜਾ ਕੇ ਮੁਸਲਮਾਨ ਹੋ ਗਿਆ ਉਹ ਮੁਸਲਮਾਨੀ ਸੀ ਉਹਦੀ ਜ਼ਮੀਨ ਨਹੀਂ ਹੈ ਥੋੜ੍ਹੀ ਜਿਹੀ ਆਈ ਪੰਜ ਉਹਦੇ ਉਹਦੇ ਪੋਤਰਿਆਂ ਨੇ ਨਹੀਂ ਘੱਲਿਆ ਮਰਲਾ ਵੀ ਜ਼ਮੀਨ ਬੜੀ ਸੀ ਅਤੇ ਉਹਨੇ ਲਾਗਣੀ ਉੱਥੋਂ ਫਿਰ ਉਹਨੇ ਮਾਈ ਮਾਲਾ ਕਰਕੇ ਲੈ ਆਈ ਅਤੇ ਬਟਾਲੇ ਗਿਆ ਬਟਾਲੇ ਉਹ ਮੁਸਲਮਾਨ ਕਰਤਾ ਮਸੀਤ ਸਾਡੇ ਪਿੰਡ ਕੋਈ ਨਹੀਂ ਸੀ ਮਸੀਤ ਕੋਈ ਨਹੀਂ ਸੀ ਨਹੀਂ ਫਿਰ ਉਹਨੇ ਮਸੀਤ ਪਵਾਈ ਮੁਸਲਮਾਨ ਹੋ ਕੇ ਆ ਗਿਆ ਖੂਹੀ ਲਵਾਈ ਹਰ ਚੀਜ਼ ਲੋਕ ਕੀਤੀ ਹਰ ਕਤਰੀ ਜਦੋਂ ਬਾਂਗ ਦੇ ਆਗੜੇ ਸਿੱਖਣੀਆਂ ਆਟਾ ਚੁੱਕ ਕੇ ਡੰਗਰ ਅੱਗੇ ਸੁੱਟ ਦਿਆ ਕਰ ਕਿਉਂ ਸਾਡਾ ਆਟਾ ਬੰਗ ਆ ਗਿਆ ਆਟਾ ਬੰਗ ਆ ਗਿਆ ਆਹੋ ਸਿੱਖ ਹੋਰ ਕੋਈ ਨਹੀਂ ਸੀ ਅਤੇ ਉਹਦਾ ਘਰ ਕਿਵੇਂ ਦਾ ਸੀ ਘਰ ਉਹਦਾ ਚੰਗਾ ਸੀ ਸਾਡੇ ਆਵਾ ਜਿਵੇਂ ਤੁਹਾਡਾ ਹਾਲ ਆ ਹਵੇਲੀ ਅਤੇ ਇੱਧਰ ਹਵੇਲੀ ਸਾਡੀ ਸੀ ਲਾਲ ਉਹਨਾਂ ਦੇ ਘਰ ਦੇ ਘਰ ਪੱਕਾ ਸੀ ਕਿ ਕੱਚਾ ਸੀ ਕੋਈ ਪੱਕਾ ਸੀ ਕੋਈ ਕੱਚਾ ਸੀ ਬੁਗਦਰ ਰੱਖੇ ਸੀ ਪੰਜਾਂ ਪੰਜਾਂ ਬਣਾ ਦੇ ਉਹ ਚੁੱਕਦਾ ਹੁੰਦਾ ਸੀ ਅੱਲਾ ਸੱਚਾ ਯਾਰ ਸਾਡੇ ਕੋਲ ਲਾਗੇ ਰਹਿੰਦਾ ਜਦ ਉੱਥੇ ਰਹਿੰਦੇ ਸਨ ਉੱਥੋਂ ਫਿਰ ਉਹ ਮਾਈ ਮਾਲਾ ਮੁਸਲਮਾਨੀ ਹੋ ਗਈ ਮੁਸਲਮਾਨੀ ਕੱਢ ਕੇ ਖੜੀ ਸੀ ਬੀਬੀ ਪਿੱਛੇ ਮੁਸਲਮਾਨ ਹੋ ਗਿਆ ਬੀਬੀ ਪਿੱਛੇ ਮੁਸਲਮਾਨ ਹੋ ਗਿਆ ਸੀ ਉਹ ਹੁਣ ਮੈਂ ਤੈਨੂੰ ਹਕੀਕਤ ਕਰਦਾ ਆ ਡਿਪਟੀ ਹੋਣੀ ਨੀ ਇੱਕ ਗੁਲਾਮ ਨਬੀ ਉਹਦੇ ਘਰ ਮੁਸਲਮਾਨ ਹੋਇਆ ਇੱਕ ਨਿਆਜ ਹੋਇਆ ਮਰ ਨਹੀਂ ਗਿਆ ਪੁੱਟੇ ਮਰ ਗਏ ਉਹ ਵੀ ਤੇ ਇੱਕ ਮੁੰਡਾ ਉਹਦਾ ਸੀ ਫੌਜ 'ਚ ਉਹ ਫੌਜ 'ਚ ਰੌਲੇ 'ਚ ਮਰ ਗਿਆ ਜੋ ਰਹਿ ਗਏ ਜਿਹੜੇ ਮੁੰਡਿਆਂ ਨਾਂ ਦੱਸਣ ਦੇ ਆ ਉਹਦੇ ਫਜ਼ਲ ਦੇ ਇਹਦੇ ਮੁੰਡੇ ਸਨ ਇਹ ਇਹਨਾਂ ਦੇ ਪਿਓ ਨੇ ਉਹ ਅੱਛਾ ਇਹਨਾਂ ਦਾ ਦਾਦਾ ਹੈ ਉਹ ਦਾਦਾ ਸੀ ਅੱਛਾ ਮੁਸਲਮਾਨ ਉੱਥੇ ਹੀ ਹੋਏ ਨੇ ਜਦੋਂ ਮੁਸਲਮਾਨ ਉੱਥੇ ਹੀ ਰਹੇ ਨੇ ਨਮਾ ਤਿੰਨੇ ਨਿਆਜ ਅਤੇ ਉਹਦਾ ਭਰਾ ਦੂਜਾ ਦੁਕਾਨਾਂ ਮਾੜੀਆਂ ਮੋਟੀਆਂ ਆਇਆ ਸੀ ਲੋਕਾਂ ਮਾੜੀਆਂ ਮੋਟੀਆਂ ਪਾਈਆਂ ਸਿੱਖਣਾ ਮੁਸਲਮਾਨ ਤੇ ਆਏ ਕੋਈ ਨੀ ਸੀ ਤੁਸੀਂ ਕਿੰਨੇ ਭਰਾ ਸੀ ਅਸੀਂ 6 ਭਰਾ ਕੀ ਨਾਂ ਸੀ ਤੁਹਾਡੇ ਭਰਾਵਾਂ ਦਾ ਇੱਕ ਨਾ ਕੁੱਕੀ ਇੱਕ ਨਾ ਹੌਲਦਾਰ ਇੱਕ ਨਾ ਦਾਰੀ ਅਤੇ ਇੱਕ ਨਾ ਮੁਖਤਾਰ ਇੱਕ ਨਾ ਜੀਜਾ ਇੱਕ ਨਾ ਸੀਲਾ ਸਹੀ 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 6 ਭਰਾ ਸਨ ਤੁਹਾਡੇ ਵਾਲਦ ਦਾ ਕੀ ਨਾਂ ਸੀ ਸਾਡੇ ਵਾਲਦ ਦਾ ਨਾਂ ਸੀ ਰੂੜਾ ਰੂੜਾ ਹਾਂ ਅਤੇ ਉਹ ਰੂੜਾ ਸੀ ਅਤੇ ਉੱਧਰ ਛੋਟੇ ਛੋਟੇ ਸਾ ਸੀ ਕੁੱਕੀ ਵਾਲੀ ਜਵਾਨ ਸਾ ਸੀ ਛੋਟੇ ਛੋਟੇ ਉੱਧਰ ਫੌਤ ਹੋ ਗਿਆ ਸਾਡਾ ਤੁਹਾਡਾ ਵਾਲਦ ਹਾਂ ਸਾਡਾ ਵਾਲਦ ਬਾਬੇ ਸ਼ਾਦੀ ਦਾ ਭਰਾ ਸੀ ਉਹ ਵੱਡਾ ਅੱਛਾ ਹਾਂ ਉਧਰ ਹੀ ਫੌਤ ਹੋ ਗਿਆ ਤੇ ਹੋਰ ਤੁਹਾਨੂੰ ਆਪਣੇ ਪਿੰਡ ਦੀਆਂ ਚੀਜ਼ਾਂ ਯਾਦ ਨੇ ਕੋਈ ਕਿਹੜੀਆਂ ਸੀ ਉੱਥੇ ਕੋਈ ਮੇਲਾ ਸ਼ੇਲਾ ਲੱਗਦਾ ਸੀ ਮੇਲਾ ਸਾਡੇ ਪਿੰਡ ਸੀ ਦਰਬਾਰ ਕਿਹਦਾ ਦਰਬਾਰ ਸੀ ਕੋਈ ਹੈ ਸੀ ਅਤੇ ਉਹ ਜਿਹੜੇ ਸਿੱਖ ਦੀ ਹੈ ਸੀ ਨਾ ਉਹ ਜਿਹੜੇ ਫਕੀਰ ਉਹਨਾਂ ਦੀ ਜ਼ਮੀਨ ਘਰਦੀ ਸੀ ਹਾਂ ਉਹਨਾਂ ਦੀ ਜ਼ਮੀਨ ਘਰਦੀ ਸੀ ਉਹ ਉੱਥੇ ਕਬਰਸਤਾਨ 'ਚ ਹੀ ਮਕਾਨ ਉਹਨਾਂ ਪਾਏ ਸੀ ਅਤੇ ਕਬਰਸਤਾਨ ਕਿਹੜੀ ਸਾਈਡ 'ਤੇ ਸੀ ਕਬਰ ਸਾਹਿਬ ਇੱਧਰ ਚੜ੍ਹਦੇ ਸਾਈਡ 'ਤੇ ਕਿ ਲਹਿੰਦੇ ਸਾਈਡ 'ਤੇ ਲਹਿੰਦੇ ਸਾਈਡ 'ਤੇ ਅੱਛਾ ਲਹਿੰਦੀ ਸਾਈਡ ਲਹਿੰਦੀ ਸਾਈਡ 'ਤੇ ਕਬਰਸਤਾਨ 'ਤੇ ਅਤੇ ਕਬਰਸਤਾਨ ਬੜਾ ਸੀ ਅਤੇ ਉੱਥੇ ਉਹਨਾਂ ਦੇ ਘਰ ਸੀ ਉਹ ਜਿਹੜਾ ਫਕੀਰ ਸੀ ਨਾ ਉਹ ਸੂਬੇਦਾਰ ਸੀ ਉਸ ਟਾਈਮ ਫੌਜ ਦੇ ਵਿੱਚ ਹਾਂ ਸੂਬੇਦਾਰ ਸੀ ਉਸ ਟਾਈਮ ਫੌਜ 'ਚ ਹਾਂ ਅਤੇ ਉਹਨਾਂ ਦੀ ਜ਼ਮੀਨ ਆਪਣੀ ਸੀ ਕਬਰਾਂ ਉੱਥੇ ਕਬਰਸਤਾਨ 'ਤੇ ਜ਼ਮੀਨ ਉੱਥੇ ਹੀ ਰਹਿੰਦੇ ਸੀ ਉੱਥੇ ਬਹਿੰਦੇ ਸੀ ਉੱਥੇ ਕੰਮ ਕਰਦੇ ਅਤੇ ਦਰਬਾਰ 'ਚ ਮੇਲਾ ਲੱਗਦਾ ਸੀ ਲੱਗਦਾ ਸੀ ਮੇਲਾ ਕਿਹੜੀ ਤਰੀਕ ਨੂੰ ਲੱਗਦਾ ਸੀ ਯਾਰ ਪਤਾ ਨਹੀਂ ਉਹ ਤਰੀਕ ਮੇਰੀ ਯਾਦ ਤਰੀਕ ਲੱਗਦਾ ਸੀ ਅੱਜ ਕੱਲ੍ਹ ਹੀ ਲੱਗਦਾ ਸੀ ਮੇਲਾ ਬਾਰਾਂ ਅਤੇ ਸਿੱਖਾਂ ਦੇ ਯਾਰ ਯਾਰਾਂ ਦੇ ਨਾਂ ਦੱਸੋ ਯਾਰ ਦੋ ਦੇ ਨਾਮ ਮੈਨੂੰ ਬਾਕੀ ਭੁੱਲ ਭੱਲ ਗਏ ਚਲੋ ਜਿਹਨਾਂ ਦੇ ਯਾਦ ਆ ਉਹ ਦੱਸੋ ਮੈਨੂੰ ਦੱਸਿਆ ਨਹੀਂ ਇੱਕ ਹੋਰ ਵਾਰੀ ਫਿਰ ਦੱਸ ਦਿਓ ਫਿਰ ਇੱਕ ਨਾਲ ਤਾਂ ਚਰਨੋ ਸੀ ਚਰਨੋ ਉਹ ਬੇਲੀ ਸੀ ਬੜਾ ਬੜਾ ਹੀ ਬੇਲੀ ਸੀ ਭਰਾ ਬਣਿਆ ਸੀ ਹਾਂ ਜੀ ਬੇਲੀ ਸੀ ਸਿਆਣਾ ਸੀ ਅੱਛਾ ਜ਼ਮੀਨ ਉਹਦੀ ਕਰਦੀ ਸੀ ਇੱਕ ਨਾਲ ਦੱਸਿਆ ਹੋਰ ਤੈਨੂੰ ਮੈਨੂੰ ਫਿਰ ਬਾਈ ਭੁੱਲ ਅੱਛਾ ਭੁੱਲ ਗਿਆ ਫਜ਼ਲ ਦੀਨ ਨਹੀਂ ਨਹੀਂ ਉਹ ਤਾਂ ਇਹਨਾਂ ਦਾ ਮੁਸਲਮਾਨ ਹੋਇਆ ਸੀ ਨਾ ਬਾਬਾ ਉਹ ਫਜ਼ਲ ਦੀ ਤਾਂ ਮੁਸਲਮਾਨ ਹੋਇਆ ਯਾਰ ਹੋਵੇ ਨਾ ਉਹੀ ਯਾਰ ਸੀ ਹਾਂ ਨਹੀਂ ਅੱਛਾ ਚਲੋ ਛੱਡੋ ਉੱਥੇ ਖੇਡਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਉਦੋਂ ਖੇਡ ਕੋਈ ਵੀ ਨਹੀਂ ਸੀ ਹੁੰਦੀ ਉਦੋਂ
ਨਹੀਂ ਤੁਸੀਂ ਖੇਡਦੇ ਨਹੀਂ ਸੀ ਜਦੋਂ ਬੱਚੇ ਨਹੀਂ ਅਸੀਂ ਨਹੀਂ ਖੇਡਦੇ ਅਸੀਂ ਖੇਡੇ ਹੀ ਨਹੀਂ ਕਦੇ ਸਿੱਧੀ ਗੱਲ ਕਰਨੀ ਚਾਹੀਦੀ ਤੁਸੀਂ ਕੀ ਕੀਤਾ ਸਾਡਾ ਬਾਪ ਜਿਹੜਾ ਸੀਗਾ ਹਾਂਜੀ ਉਹ ਅੱਲਾਹ ਦਾ ਹੁਕਮ ਸੀ ਸਾਰਾ ਪਿੰਡ ਰਾਜਪੂਤ ਕੋਲ ਪਹੁੰਚਾਇਆ ਦੌੜੀ ਤੇ ਉਹਨੂੰ ਸੱਦ ਕੇ ਕੱਢਦੇ ਅੱਲਾਹ ਦਾ ਕਰਮ ਸੀ ਪਿੰਡ ਕੋਈ ਗੱਲ ਰੌਲਾ ਪੈਦਾ ਕੋਈ ਪਹੁੰਚਾਇਆ ਦੌੜੀ ਸਿੱਖਾ ਉਹਨੂੰ ਖੱਡ ਸੱਦ ਕੇ ਖਾਧਾ ਸਾਡੇ ਬਾਪ ਨੇ ਸਿਆਣਾ ਬੰਦਾ ਸੀ ਸਿਆਣਾ ਬੜਾ ਬੰਦਾ ਤੇ ਜ਼ਮੀਨ ਕਿੰਨੀ ਸੀ ਆ ਤੁਹਾਨੂੰ ਪਤਾ ਹੋਣਾ ਉਹਦੀ ਜ਼ਮੀਨ ਤੇ ਬੇਬਾਸ ਕਿਹਦੀ ਫਜ਼ਲ ਦੀ ਫਜ਼ਲ ਦੀ ਹਾਂ ਨਹੀਂ ਤੁਹਾਡੇ ਪਿੰਡ ਦੀ ਕਿੰਨੀ ਕੁ ਜ਼ਮੀਨ ਸਾਡੇ ਪਿੰਡ ਦੀ ਬੜੀ ਜ਼ਮੀਨ ਸੀ ਹਾਂ ਵਾਹ ਵਾਹ ਬੱਚੋਖੀ ਸੀ ਪਿੰਡ ਕਿੱਡਾ ਕੁ ਸੀ ਪਿੰਡ ਜਿੱਡੇ ਕੁ 100 ਕਹਿੰਦੇ ਐਡਾ ਕੁ ਸੀ ਉਹ ਮੈਂ ਵੀ ਤੇਰੇ ਕੋਲ ਤੇਰੇ ਬਾਰ ਇਹਦੂ ਵੱਡਾ ਬਾਸਰਪੁਰਾ ਸੀ ਬਾਸਰਪੁਰਾ ਹਾਂ ਤੇ ਤੁਸੀਂ ਸ਼ਹਿਰ ਜਾਂਦੇ ਸੀ ਬਟਾਲੇ ਜਾਂਦੇ ਸੀ ਬਟਾਲੇ ਸਮਾਨ ਲੈ ਕੇ ਦਾਣਾ ਫੱਕਾ ਹਰ ਚੀਜ਼ ਲੈ ਕੇ ਉਹ ਭਾਈ ਸਕੂਲ ਹੈ ਸੀ ਤੁਹਾਡੇ ਪਿੰਡ ਸਕੂਲ ਖਿਆਲ ਨਹੀਂ ਉਦੋਂ ਤਾਂ 73 ਸਾਲ ਹੋ ਗਏ ਨੇ ਪਾਕਿਸਤਾਨ ਹਿੰਦੁਸਤਾਨ ਉਦੋਂ ਕੋਈ ਨਹੀਂ ਸੀ ਸਕੂਲ ਸਕੂਲ ਵੀ ਹੋਰ ਗਏ ਪੜ੍ਹਦੇ ਸੀ ਬਾਹਰ ਅਤੇ ਉਹ ਫੇਲਾ ਕੋਈ ਆਪਣੀ ਗੱਲਬਾਤ ਦੱਸੋ ਆਪਣੇ ਯਾਰਾਂ ਦੇ ਨਾਲ ਕਦੀ ਕੋਈ ਕੀਤਾ ਕੰਮ ਕੋਈ ਵਾਕਿਆ ਕੀਤਾ ਕੋਈ ਯਾਰਾਂ ਨੂੰ ਜਾਂਦੇ ਸਨ ਲਾਗੇ ਬਾਸਰਪੁਰਾ ਸੀ ਉੱਥੋਂ ਵੱਢ ਕੇ ਪੱਠੇ 'ਤੇ ਲੈ ਆਉਂਦੇ ਸੀ ਸਾਰੇ ਯਾਰ ਮੇਰੇ ਬੇਲੀ ਰਾਤ ਦਿਲੇ ਫਿਰਦਾ ਅਤੇ ਰਾਤ ਪੱਠੇ ਵੱਢ ਕੇ ਲੈ ਆਉਂਦੇ ਨਹੀਂ ਪੱਠੇ ਲੋਕਾਂ ਦੇ ਵੱਢਦੇ ਸੀ ਉਸ ਬਾਸਰਪੁਰੇ ਦੇ ਨਾਲ ਸਾਡੀ ਜੀ ਪੈ ਗਏ ਪਿੰਡ ਦੇ ਨਾਲ ਜ਼ਮੀਨ ਸੀ ਉਹਨਾਂ ਉਦੋਂ ਖੂਹ ਹੁੰਦੇ ਸੀ ਕਿ ਨਹਿਰਾਂ ਹੁੰਦੀਆਂ ਸੀ ਖੂਹ ਸੀ ਉਦੋਂ ਤੁਹਾਡੇ ਪਿੰਡ 'ਚ ਕਿਹਦੇ ਕਿਹਦੇ ਖੂਹ ਸਨ ਖੂਹ ਲੋਕਾਂ ਦੇ ਬੜੇ ਸੀ ਮੈਨੂੰ ਦੋ ਤਰ੍ਹਾਂ ਖੂਹ ਸੀ ਫਿਰਦੇ ਤੁਰਦੇ ਕਿੱਥੇ ਸੀ ਰਾਤ ਨੂੰ ਫਿਰਦੇ ਆਈਆਂ ਉਦੋਂ ਕਾਹਦੇ ਫਿਰਦੇ ਸਾਂ ਅਸੀਂ ਕੋਈ ਹੀ ਨਹੀਂ ਸਾਂ ਫਿਰਦੇ ਨਹੀਂ ਅਸੀਂ ਨਹੀਂ ਸਾਂ ਫਿਰਦੇ ਪਏ ਤੇਰੇ ਕੋਲ ਝੂਠ ਪਿਆ ਮਾਰਾ ਮੈਨੂੰ ਨਹੀਂ ਜਿਵੇਂ ਬੰਦੇ ਬੱਚੇ ਮੇਲਿਆਂ 'ਚ ਜਾਂਦੇ ਨੇ ਯਾਰਾਂ ਬੇਲੀਆਂ ਦੇ ਕੋਲ ਬਹਿੰਦੇ ਨੇ ਹੁੱਕਾ ਪੀਂਦੇ ਨੇ ਹੁੱਕਾ ਲਿਖਿਆ ਤੁਸੀਂ ਹੁੱਕਾ ਪੀਂਦੇ ਸੀ ਕਿ ਨਹੀਂ ਨਹੀਂ ਅਸੀਂ ਨਹੀਂ ਪੀਂਦੇ ਮਗਰੋਂ ਹੁੱਕਾ ਤੇ ਲੜ ਕੇ ਸਿੱਖਿਆ ਉਹ ਤੇ ਮੁਸਲਮਾਨ ਹੀ ਦੋ ਤਿੰਨ ਚਾਰ ਘੁਮਿਆਰ ਸੀ ਘੁਮਿਆਰਾਂ ਦੇ ਸਿੱਖ ਹੁੱਕਾ ਨਹੀਂ ਪੀਂਦੇ ਸੀ ਸਿੱਖ ਨਹੀਂ ਸੀ ਪੀਂਦੇ ਤੇ ਜਦੋਂ ਈਦ ਆਉਂਦੀ ਸੀ ਉਦੋਂ ਈਦ ਕਿੱਥੇ ਪੜ੍ਹਨ ਜਾਂਦੇ ਸੀ ਉਹ ਈਦ ਕਿਤੇ ਵੀ ਨਹੀਂ ਸਾਂ ਪੜ੍ਹਨ ਜਾਂਦੇ ਮੈਂ ਤੁਹਾਨੂੰ ਦੱਸਾਂ ਹਾਂਜੀ ਈਦ ਕਿਤੇ ਵੀ ਨਹੀਂ ਸਾਂ ਅਸੀਂ ਪੜ੍ਹਨ ਜਾਂਦੇ ਈਦ ਕਿਤੇ ਵੀ ਨਹੀਂ ਪੜ੍ਹਨ ਜਾਂਦੇ ਘਰ ਹੀ ਦੁੱਧ ਚਾਰ ਸਿੱਖ ਬਿਆਰਾਂ ਦੇ ਨਹੀਂ ਨਾਲ ਦੇ ਪਿੰਡਾਂ 'ਚ ਤਾਂ ਮੁਸਲਮਾਨ ਹੋਣੇ ਨਾਲ ਦੇ ਲਾਗੇ ਕੁ ਲਾਗੇ ਕੋਈ ਨਹੀਂ ਸੀ ਮੁਸਲਮਾਨ ਸਾਡੇ ਘੱਟ ਹੀ ਸੀ ਸਾਡੇ ਅੱਲਾ ਯਾਰ ਦਾ ਅੱਛਾ ਸਾਰੇ ਸਿੱਖਾਂ ਦੇ ਸਨ ਸਿੱਖ ਹੀ ਸਾਰਾ ਤੁਹਾਡੇ ਨਾਲ ਵਰਤਾਓ ਕਿਵੇਂ ਦਾ ਸੀ ਸਿੱਖਾਂ ਦਾ ਸਾਡੇ ਨਾਲ ਵਰਤਾਓ ਤਾਂ ਮਾੜਾ ਸੀ ਚੰਗਾ ਨਹੀਂ ਸੀ ਜਿਨਸ ਜੁਲਸ ਖਾਂਦੇ ਜਿਨਸ ਜੁਲਸ ਲੈਂਦੇ ਸਾਂ ਭਾਗ ਪਾਪਾ ਕੇ ਲੈ ਜਾਂਦੇ ਨਹੀਂ ਨਹੀਂ ਸਾਡੇ ਵੱਡੇ ਤੁਹਾਡੇ ਨਾਲ ਪਿਆਰ ਹੈਗਾ ਸੀ ਵੱਡਿਆਂ ਨਾਲ ਆਹੋ ਵੱਡਿਆਂ ਸਿੱਖਾਂ ਨਾਲ ਸਾਰਿਆਂ ਨੂੰ ਪਿਆਰ ਸੀ ਬੇਲੀ ਸਨ ਆਪਣੇ ਸਾਡੇ ਬਾਪ ਦੇ ਬੇਲੀ ਸਨ ਸਾਰੇ ਉਹ ਬੇਲੀ ਸਨ ਸਾਰੇ ਹੈ ਅਤੇ ਉਹ ਕੰਮ ਬਾਤ ਕਰਦੇ ਸਾਂ ਠੀਕ ਹੈ ਉਹ ਫਿਰ ਫੌਤ ਹੋ ਗਿਆ ਵਿਚਾਰਾ ਹੁਣ ਇਹ ਦੱਸੋ ਕਿ ਜਦੋਂ ਉਜਾੜੇ 47 ਦੀ ਵੰਡ ਹੋਣ ਲੱਗੀ ਤੁਹਾਡੇ ਪਿੰਡ ਸਿੱਖਾਂ ਨੇ ਤੁਹਾਨੂੰ ਦੱਸਿਆ ਜਾਂ ਕਿਹਨੇ ਦੱਸਿਆ ਸਾਨੂੰ ਬਟਾਲਿਓ ਪਤਾ ਲੱਗਾ ਕਿ ਤੁਸੀਂ ਸਮਾਨ ਸਮੂਨ ਲੈਣ ਗਏ ਸੀ ਉੱਥੇ ਜਾਂਦੇ ਸਾਂ ਉੱਥੇ ਖੱਤਰੀ ਸੀ ਉਹ ਭਰਾ ਬੜੇ ਸੀ ਸਾਡੇ ਵੱਡਿਆਂ ਦੇ ਭਰਾ ਬੜੇ ਨਾਂ ਪਤਾ ਹਾਂ ਕੀ ਨਾਂ ਸੀ ਉਹਦਾ ਉਹ ਯਾਰ ਚਲੋ ਬੜਾ ਲਾ ਭੁੱਲ ਗਿਆ ਚਲੋ ਨਾਂ ਛੱਡੋ ਤੁਸੀਂ ਹੁਣ ਦੱਸੋ ਕਿੱਦਾਂ ਪਤਾ ਲੱਗਾ ਉਹ ਫਿਰ ਸਾਨੂੰ ਉੱਥੇ ਪਤਾ ਲੱਗ ਗਿਆ ਮੁਸਲਮਾਨ ਲਿਆ ਸਾਡੇ ਪਿੰਡੋਂ ਪਖੀਰ ਵੀ ਆ ਗਏ ਅਤੇ ਸਾਡੇ ਪਿੰਡੋਂ ਪੰਜ ਚਾਰ ਘਰ ਵੀ ਆ ਗਏ ਹੁਣ ਮੈਂ ਤੈਨੂੰ ਹਕੀਕਤ ਦੱਸਾਂ ਅਤੇ ਅਸੀਂ ਰਹੇ ਤਿੰਨ ਚਾਰ ਜਿਹੜੇ ਨਿਆਜ਼ ਹੋ ਰੱਖੋ ਜਿਹੜਾ ਮੁਸਲਮਾਨ ਹੋਇਆ ਸੀ ਹਾਂ ਸਿੱਖ ਉਹਦੇ ਬੁੱਢੇ ਸੀ ਉਹਨਾਂ ਕੋਲ ਰਹੇ ਹਾਂ ਉਹਨਾਂ ਕੋਲ ਰਹਿ ਕੇ ਕੋਈ 10-15 ਦੇ ਰਹਿ ਲਏ ਅਤੇ ਮੁਰਗੇ ਸਾਡੇ ਪਿੰਡ ਬੜੇ ਰੱਖੇ ਸੀ ਘੁਮਿਆਰਾ ਲੋਕਾਂ ਮੁਰਗੇ ਦੋ ਤਿੰਨ ਲੈ ਆਉਣੇ ਸੀ ਪੰਜ ਛੇ ਜਣੇ ਸਾਂ ਮੁਰਗੇ ਲੈ ਆਉਣੇ ਉੱਥੇ ਨਿਆਜ ਕੇ ਘਰ ਕੁੜ ਕੇ ਪੱਕੇ ਉੱਥੇ ਕਰਕੇ ਹਲਾਲ 'ਤੇ ਖਾਣੇ ਉੱਥੇ ਰਹਿੰਦੇ ਰਹੇ ਹਾਂ ਅਤੇ ਮੁੜ ਕੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਹੁਣ ਨਹੀਂ ਰਹਿ ਸਕਦੇ ਤੁਰ ਜਾਣਾ ਫਿਰ ਅਸੀਂ ਬਟਾਲੇ ਆ ਗਏ ਉਹ ਫਿਰ ਕਾਫਲਾ ਤੁਰਿਆ ਉੱਥੋਂ 2 ਲੱਖ ਬੰਦਾ ਉੱਥੋਂ ਪਿੰਡੋਂ ਪਤਾ ਲੱਗਾ 2 ਲੱਖ ਦਾ ਕੈਂਪ ਲੱਗਾ ਸੀ ਆਹੋ ਫਿਰ ਕਿੱਥਾਂ ਉੱਥੇ ਆਏ ਅਸੀਂ ਇਸ ਤਰ੍ਹਾਂ ਉਹ ਲਾਗੇ ਸ਼ਹਿਰ ਸੀ ਯਾਰ ਮੈਨੂੰ ਬਲਾ ਭੁੱਲ ਗਿਆ ਉੱਥੇ ਆਏ ਸਾਂ ਉੱਥੇ ਆਉਣਾ ਸੀ ਉਹ ਲਾਗੇ ਯਾਰ ਪਿੰਡ ਸ਼ਹਿਰ ਸੀ ਛੋਟਾ ਜਿਹਾ ਬਟਾਲੇ ਉਹ ਗਾਹ ਲੱਗ ਕੇ ਬਟਾਲੇ ਤੋਂ ਗਾਹ ਤੁਰ ਪਏ ਤੇ ਉੱਥੇ ਸ਼ਹਿਰ ਉੱਥੇ ਆ ਗਏ ਅਤੇ ਬਾਰਿਸ਼ ਪੈਣ ਲੱਗ ਪਈ ਬਾਰਿਸ਼ ਪੈਣ ਲੱਗ ਪਈ ਉੱਥੇ ਲੋਕਾਂ ਦੇ ਰੁੱਖ ਰੱਖ ਵੱਢ ਕੇ ਅਤੇ ਲੋਕਾਂ ਝੁੱਗ ਜਿਹਾ ਬਣਾ ਲਿਆ ਮੁੜ ਕੇ ਉਹ ਜਿਹੜਾ ਅਫਸਰ ਸੀ ਨਾ
ਉਹ ਸੀ ਮੁਸਲਮਾਨ ਉਹਨੂੰ ਉਹ ਆਖਣ ਲੱਗੇ ਵੀ 2 ਲੱਖ ਰੁਪਈਆ ਲੈ ਲਾ ਅਤੇ 40 ਸਾਲੂ ਦੇ ਦੇ ਕਾਫਲੇ ਦਾ। ਕੌਣ ਕਹਿੰਦਾ? ਸਿੱਖ ਆ। ਉਹ ਸ਼ਹਿਰ ਦੇ ਨਾਮ ਨੂੰ ਭੁੱਲ ਗਿਆ, ਸ਼ਹਿਰ ਦੇ 2 ਲੱਖ ਰੁਪਈਆ ਲੈ ਲਾ ਅਤੇ ਸ਼ਹਿਰ ਦੇ ਕਾਫਲੇ ਦਾ 40 ਸਾਲੂ ਦੇ ਦੇ ਅਤੇ ਅਸੀਂ ਪਾਲ ਲਗਾ ਲਿਆ ਫਿਰ ਮਾਲ ਮੂਲ ਛੱਡਾਂਗੇ। ਉਹ ਆਖਣ ਲੱਗਾ ਚੰਗਾ, ਮੁੜ ਕੇ ਫਿਰ ਸਾਨੂੰ ਪਤਾ ਲੱਗ ਗਿਆ। ਅਸੀਂ ਆਖਿਆ ਤੈਨੂੰ 2 ਲੱਖ ਜੂ ਦਿੰਦੇ ਨੇ ਅਤੇ ਸਾਡੇ ਕੋਲ 3 ਲੱਖ ਲੈ ਲਈ। ਬੰਦਿਆਂ ਨੇ ਆਖਿਆ ਵੀ 2 ਰੁਪਈਏ ਦੇ ਵੀ ਇਕੱਠਾ ਕਰਾਂਗੇ। ਉਹ ਆਖੇਗਾ ਨਾ ਤੁਹਾਡੇ ਕੋਲ ਲੈ ਲਏ ਅਤੇ ਨਾ ਮੈਂ ਉਹਦੇ ਕੋਲ ਲੈ ਲਿਆ। ਫਿਰ ਤੁਰ ਪਏ ਉੱਥੋਂ, ਤੁਰ ਪਏ ਮੁੜ ਕੇ ਉਹਨੇ ਐਲਾਨ ਕੀਤਾ ਅੱਗੇ ਅਗਲੇ ਉਹ ਸ਼ਹਿਰ ਦੇ ਅੱਗੋਂ ਲੰਘੇ ਦੇ ਅੱਗੇ ਬਾਗ ਸੀ ਅਤੇ ਪਤਾ ਨਹੀਂ ਸਿੱਖ ਕਿਲਾ ਕੁ ਪਿਆ ਬੈਠਾ ਸਾਫ, ਉਹਨੇ ਮਸ਼ੀਨ ਉੱਤੇ ਬੀੜੀ ਸੀ ਉਧਰ ਨੂੰ ਸਿੱਧੀ ਕਰਤੀ, ਪਤਾ ਨਹੀਂ ਕਿੰਨੇ ਮਾਰੇ ਆ ਕਿੰਨੇ ਨਹੀਂ। ਮੁੜ ਕੇ ਫਿਰ ਉਹ ਆਖਣ ਲੱਗਾ ਵੀ ਜੇ ਕਿਸੇ ਦੀ ਗਠੜੀ ਰਹਿ ਜੇ ਪਛਾਣ ਝਾਕਿਓ, ਜੇ ਕਿਸੇ ਦਾ ਬੁੱਢਾ ਰਹਿ ਜੇ ਤਾਂ ਉਹਦਾ ਪਿਸ਼ਾਬ, ਕੋਈ ਸ਼ਾਇਦ ਰਹਿ ਗਈ ਨਾ ਕਿਸੇ ਦੀ ਤਾਂ ਮੈਂ ਹੀ ਪਾਰ ਪੜਾ ਦਿਆਂਗੇ। ਹੈਂ ਉਹ ਫਿਰ ਭਾਈ ਪਾਰ ਅੱਲਾ ਦੇ ਫਜ਼ਲ ਦਾ ਪੜਾ ਕੇ ਸਾਰ ਚੀਜ਼ ਫਿਰ ਅਸੀਂ ਪਾਰ ਲਈ। ਫਿਰ ਉੱਥੇ ਉਸ ਪਿੰਡ ਜੇਗਾ ਲਾਈਆ ਪਿੰਡੋਂ ਪੁਲੋਂ ਪੁੱਲ ਲੰਘ ਕੇ ਆਉਂਦੇ ਸਾਂ ਰਾਵੀ ਦਾ ਪੁੱਲ। ਹਾਂ ਉੱਥੇ ਫਿਰ ਉੱਥੇ ਜੇਗਾ ਪੱਕੀ ਉੱਥੇ ਰਹਿ ਰਾਤ, ਉੱਥੇ ਆਈ ਸਿੱਖਾਂ ਦੀ ਗੱਡੀ ਥੱਲੇ ਉਹਦੀ ਲੰਘ ਦੀ ਉੱਤੇ ਤਾਂ ਪੁੱਲ ਸੀ। ਉਹਨਾਂ ਮੁਸਲਮਾਨਾਂ ਨੇ ਸਾਰੀ ਗੱਡੀ ਵੱਢ ਦਿੱਤੀ, ਉਹ ਪਿੰਡ ਵਾਲਿਆਂ ਨੇ ਸਾਰੀ ਗੱਡੀ ਵੱਢ ਦਿੱਤੀ। ਕਿੰਨਾ ਨੇ? ਮੁਸਲਮਾਨਾਂ ਨੇ। ਸਿੱਖਾਂ ਦੀ ਗੱਡੀ ਆਈ ਨਾ ਇੱਧਰੋਂ ਗਈ ਨਾ ਐਂ ਪਰਾਂ ਨੂੰ, ਉਹਨਾਂ ਵੱਢ ਦਿੱਤੀ ਸਾਰੀ ਇੱਕ ਬੰਦਾ ਨੇ। ਤੁਹਾਡੇ ਵੀ ਮਰੇ ਸੀ? ਜਿਹੜੀ ਸਾਡੇ ਕਿੱਥੇ ਸੀ ਅਸੀਂ ਤਾਂ ਉੱਥੇ ਆ ਗਏ, ਉਹ ਪਿੰਡ ਰਹਿ ਪਏ ਸਾਂ ਅਸੀਂ ਤਾਂ ਰਾਤ ਨੂੰ ਸਵੇਰੇ ਉੱਠ ਕੇ ਗਾਹ ਤੁਰ ਪਏ। ਕਿਹੜੇ ਪਿੰਡ ਆ ਕੇ ਬੈਠੇ? ਉਹ ਅਗਲੇ ਬੰਦੇ ਨਾਲ ਹੀ ਪੁੱਲ ਦੇ ਪਿੰਡ ਸੀ ਉਹ ਮੈਨੂੰ ਪੁੱਲ ਦੇ। ਤੁਸੀਂ ਕਿਹੜੇ ਪਿੰਡ ਆ ਕੇ ਬੈਠੇ ਫਿਰ? ਫਿਰ ਉਹ ਉੱਥੇ ਪਾਰ ਲੰਘ ਗਏ ਮੁਸਲਮਾਨ ਵਾਲੇ ਪਿੰਡ 'ਚ, ਉੱਥੋਂ ਪਾਰ ਜੋ ਆ ਗਏ ਲੰਘ ਕੇ ਆ ਗਏ ਪੁੱਲ ਲੰਘ ਗਏ। ਅਸੀਂ ਉੱਥੋਂ 5-4 ਮੀਲ ਪਲ ਸੀ ਸਾਰਾ ਹੀ ਉੱਥੋਂ ਲੰਘੇ। ਸਿੱਖੜੀਆਂ ਦਿੰਦਾ ਰਿਹਾ ਅੱਲਾ ਸੱਚਾ ਜਾਣਦਾ ਅਤੇ ਵਾਢੀ ਵੀ ਕਰਦਾ ਸਾਂ, ਵਾਢੀ ਵੀ ਮੈਂ ਕਰਦਾ ਸਾਂ। ਅਤੇ ਪਤਾ ਰੰਗੀਨਪੁਰਾ ਸੀ ਉਹ ਪਿੰਡ, ਉੱਥੇ ਸਿੱਖ ਸੀ ਸਾਰੇ, ਉਹ ਪਿੰਡ ਸਾਰੇ 'ਚ ਮੈਂ ਫਿਰਦਾ ਹੁੰਦਾ ਸਾਂ। ਉਹ ਲਾਗੇ ਹੀ ਸੀ ਪਿੰਡ। ਕਣਕ ਦੀ ਵੱਢਦੇ ਸੀ? ਕਣਕ ਲੋਕਾਂ ਦੀ ਵੱਢਦੇ ਸਾਂ। ਕੀ ਦਿਹਾੜੀ ਦਿੰਦੇ ਸੀ ਉਦੋਂ? ਉਹ ਦਿਹਾੜੀ ਕਿੱਥੇ ਦਿੰਦੇ ਸੀ, ਭਾਜੀ ਦੇ ਦਿੰਦੇ ਸੀ ਚੁੱਪ ਕਰਕੇ ਪੈਲੀ ਦੀ। ਹਾਂ ਨਹੀਂ ਉਹ ਜੀ ਹੋਰ ਦਾ ਵਿਆਹ ਹੋਇਆ ਉੱਥੇ ਹਿੰਦੁਸਤਾਨ 'ਚ ਹੀ ਹੋਇਆ ਸੀ ਵਿਆਹ। ਕਿੰਨੇ ਭਰਾਵਾਂ ਦੇ ਵਿਆਹ ਹੋਏ ਸੀ? ਦਾਰੀ ਦਾ ਅਤੇ ਕੁਫਰੀ ਦਾ ਅਤੇ ਹੋਰ ਦਾਰ ਦਾ। ਚਾਰਾਂ ਦੇ ਹੋਏ ਸੀ? ਤਿੰਨਾਂ ਦੇ। ਤਿੰਨਾਂ ਦੇ ਅਤੇ ਤੁਹਾਡੇ ਵਿੱਚੋਂ ਬਚ ਬਚਾ ਹੋ ਗਿਆ ਸੀ ਪਿੰਡ ਦੇ ਵਿੱਚ? ਸਾਡੇ ਅੱਲਾ ਦੀ ਰਹਿਮਤ ਸੀ ਪਿੰਡ, ਸਾਨੂੰ ਕੋਈ ਹੱਥ ਨਹੀਂ ਸੀ ਲਾਉਂਦਾ। ਅੱਲਾ ਜਾਣਦਾ ਜਿਸ ਵੇਲੇ ਸਿੱਖ ਆਉਣੇ ਨਾ ਜਸਾ ਆਉਣਾ। ਆਇਆ ਕਦੀ ਜਥਾ ਪਿੰਡ? ਸਿੱਖ ਜਦੋਂ ਜਸਾ ਆਉਣਾ ਨਾ ਸਾਨੂੰ ਉਹਨਾਂ ਦਲਵਾਲ ਦੇ ਲਾ ਬੱਲੇ ਨਾਲ ਹੋਲਾ ਸਿੱਖਾਂ ਤੇਰੇ ਯਾਰਾਂ ਨੇ। ਆਹੋ ਅੰਦਰ ਵਾੜ ਕੇ ਤੇ ਬੂਹਾ ਮਾਰ ਬਸ ਠੀਕ ਹੋ ਲੈ ਕੇ ਲੋਕੋ ਜਾਦੇ ਫਿਰ ਤੋਂ ਜਾ ਸਾਨੂੰ ਨਹੀਂ ਇੰਨਾ ਵਿਚਾਰਿਆ ਕੋਈ ਨਹੀਂ ਆਖਿਆ ਕਰ ਲਾਂਗੇ ਇੰਤਜ਼ਾਮ।